ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਭ ਵਧੀਆ ਹੋਣੀ ਆ ਅੱਜ ਦੀ ਵੀਡੀਓ ਵਿੱਚ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਜਿਹਨੂੰ ਤੁਸੀਂ UGC ਕਹਿੰਦੇ ਹੋ ਇਹਨਾਂ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਫੀਸਾਂ ਸੰਬੰਧਿਤ ਇਸ ਨੋਟੀਫਿਕੇਸ਼ਨ ਦੇ ਵਿੱਚ ਸਟੂਡੈਂਟ ਦੇ ਫੇਵਰ ਵਿੱਚ ਗੱਲ ਕੀਤੀ ਗਈ ਮੰਨ ਲਓ ਤੁਸੀਂ ਐਡਮਿਸ਼ਨ ਕਰਵਾਈ BA ਵਿੱਚ BSc ਵਿੱਚ ਕੋਈ ਵੀ ਕੋਰਸ ਹੋ ਸਕਦਾ ਹੈ ਜਿਵੇਂ ਕਿ ਬੀ ਕਾਮ, ਬੀ ਸੀਏ, ਬੀਬੀਏ ਜਾਂ ਫਿਰ ਹੋ ਸਕਦਾ ਹੈ ਤੁਸੀਂ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਕਿਸੇ ਕੋਰਸ ਵਿੱਚ ਐਡਮਿਸ਼ਨ ਕਰਵਾਈ ਜਾਂ ਫਿਰ ਤੁਸੀਂ ਬੀਐਡ ਐਮਐਡ ਵਿੱਚ ਐਡਮਿਸ਼ਨ ਕਰਵਾ ਲਈ ਹੈ ਜਾਂ ਫਿਰ ਕਰਵਾਉਣਾ ਚਾਹੁੰਦੇ ਹੋ। ਕਈ ਵਾਰ ਕੁਝ ਰੀਜ਼ਨ ਕਰਕੇ ਆਪਾਂ ਨੂੰ ਜਿਹੜੀ ਪੜ੍ਹਾਈ ਹੈਗੀ ਹੈ ਕੰਟੀਨਿਊ ਨਹੀਂ ਕਰ ਸਕਦੇ ਹੁੰਦੇ। ਕੋਈ ਵੀ ਰੀਜ਼ਨ ਹੋ ਸਕਦਾ ਹੈ। ਮੇਬੀ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਹੋ ਸਕਦਾ ਹੈ ਸਾਡੀ ਕਿਤੇ ਜੌਬ ਲੱਗ ਗਈ ਹੋਵੇ। ਐਂਡ ਉਸ ਜੋਬ ਡਿਪਾਰਟਮੈਂਟ ਦੇ ਵਿੱਚ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਉਸ ਕੋਰਸ ਨੂੰ ਕੰਪਲੀਟ ਕਰਨ ਦੇ ਲਈ ਜਾਂ ਫਿਰ ਹੋ ਸਕਦਾ ਹੈ ਕਿ ਤੁਸੀਂ ਕਿਸੇ ਹੋਰ ਕੋਰਸ ਵਿੱਚ ਐਡਮਿਸ਼ਨ ਲੈਣੀ ਹੋਵੇ ਐਂਡ ਕਈ ਵਾਰ ਜਿਹੜੇ ਕਾਲਜ ਹੁੰਦੇ ਨੇ ਸਪੈਸ਼ਲੀ ਪ੍ਰਾਈਵੇਟ ਕਾਲਜਸ ਇਹ ਤੁਹਾਡੇ ਤੋਂ ਫੀਸਾਂ ਫਿਲ ਕਰਵਾ ਲੈਂਦੇ ਨੇ ਐਂਡ ਬਾਅਦ ਵਿੱਚ ਰਿਫੰਡ ਨਹੀਂ ਕਰਦੇ ਭਾਵੇਂ ਇਹ ਕਿ ਜਿਹੜੀਆਂ ਫੀਸਾਂ ਇਹਨਾਂ ਨੇ ਤੁਹਾਡੇ ਤੋਂ ਲਈਆਂ ਹੁੰਦੀਆਂ ਨੇ ਉਹ ਸਾਰੀਆਂ ਫੀਸਾਂ ਤੁਹਾਨੂੰ ਨਹੀਂ ਦਿੱਤੀਆਂ ਜਾਂਦੀਆਂ ਜਦੋਂ ਤੁਸੀਂ ਆਪ ਦਾ ਨਾਮ ਕਟਵਾ ਲੈਨੇ ਹੋ ਕਿਸੇ ਵੀ ਕਾਲਜ ਵਿੱਚ ਜਾਂ ਕਿਸੇ ਯੂਨੀਵਰਸਿਟੀ ਵਿੱਚੋਂ ਐਂਡ ਇਹ ਸ਼ਿਕਾਇਤ UGC ਨੂੰ ਕਾਫੀ ਟਾਈਮ ਤੋਂ ਮਿਲ ਰਹੀ ਸੀ ਸੋ ਇਹਨਾਂ ਵੱਲੋਂ ਇੱਕ ਫੈਸਲਾ ਲਿਆ ਗਿਆ ਹੈ ਜਿਸ ਦੇ ਅਕੋਰਡਿੰਗ ਜੇਕਰ ਤੁਸੀਂ 30 ਸਤੰਬਰ ਤੋਂ ਪਹਿਲਾਂ ਪਹਿਲਾਂ ਆਪ ਦੀ ਐਡਮਿਸ਼ਨ ਕੈਨਸਲ ਕਰੋਨੇ ਹੋ ਮੇਬੀ ਤੁਸੀਂ ਫੀਸਾਂ ਵੀ ਦੇ ਦਿੱਤੀਆਂ ਹੋਣ ਉਹਨਾਂ ਨੂੰ ਜੇਕਰ ਤੁਸੀਂ 30 ਸਤੰਬਰ 2023 ਤੋਂ ਪਹਿਲਾਂ ਪਹਿਲਾਂ ਐਡਮਿਸ਼ਨ ਕੈਨਸਲ ਕਰੋਨੇ ਹੋ ਸਾਰੀ ਦੀ ਸਾਰੀ ਫੀਸ ਤੁਹਾਨੂੰ ਵਾਪਸ ਕਰ ਦਿੱਤੀ ਜਾਏਗੀ 100% ਫੀਸ ਦੀ ਮੈਂ ਗੱਲ ਕਰ ਰਿਹਾ ਮੰਨ ਲਓ ਤੁਸੀਂ ਇੱਕ ਸੈਮੈਸਟਰ ਦੀ ਫੀਸ ਜਮ੍ਹਾਂ ਕਰਵਾਤੀ ਹੋਊਗੀ ਜਾਂ ਫਿਰ ਐਡਮਿਸ਼ਨ ਫੀਸ ਜਮ੍ਹਾਂ ਕਰਵਾਤੀ ਹੋਣੀ ਆ 10000 ਰੁਪਏ ਤੇ ਉਹਨਾਂ ਨੇ ਤੁਹਾਨੂੰ ਦੱਸਦੇ 10000 ਰੁਪਏ ਜਿਹੜੇ ਹੈਗੇ ਸੀ ਫੀਸ ਦੇ ਉਹ ਸਾਰੇ ਹੀ ਤੁਹਾਨੂੰ ਵਾਪਸ ਕਰ ਦੇਣੇ ਆ ਜੇਕਰ ਤੁਸੀਂ 30 ਸਤੰਬਰ ਤੋਂ ਪਹਿਲਾਂ ਪਹਿਲਾਂ ਐਡਮਿਸ਼ਨ ਕੈਨਸਲ ਕਰਾਉਣੀ ਹੋ ਬਟ ਮੰਨ ਲੈਨੇ ਆ ਕਿ ਤੁਸੀਂ 31 ਅਕਤੂਬਰ ਤੋਂ ਪਹਿਲਾਂ ਪਹਿਲਾਂ ਐਡਮਿਸ਼ਨ ਕੈਨਸਲ ਕਰਾਉਣੀ ਹੋ ਮੰਨ ਲਓ 30 ਸਤੰਬਰ ਟੱਪ ਗਈ ਹੈ ਐਂਡ ਹੁਣ ਤੁਸੀਂ ਅਕਤੂਬਰ 31 ਤੋਂ ਪਹਿਲਾਂ ਪਹਿਲਾਂ ਐਡਮਿਸ਼ਨਾਂ ਕੈਨਸਲ ਕਰਾਉਣੀ ਹੋ ਫੇਰ ਉਹ ਮੈਕਸਿਮਮ 1000 ਰੁਪਏ ਪ੍ਰੋਸੈਸਿੰਗ ਫੀਸ ਦਾ ਕੱਟ ਸਕਦੇ ਆ ਉਸ ਤੋਂ ਜ਼ਿਆਦਾ ਨਹੀਂ ਲਾਸਟ ਈਅਰ ਮੈਨੂੰ ਇੱਕ ਕਾਲ ਆਈ ਸੀਗੀ ਇੱਕ ਮੈਡਮ ਸੀ ਜਿਹੜੇ ਕਹਿ ਰਹੇ ਸੀ ਕਿ ਸਰ ਮੈਂ ਬੀਐਡ ਵਿੱਚ ਐਡਮਿਸ਼ਨ ਲਈ ਹੋਈ ਹੈ ਐਂਡ ਮੈਨੂੰ ਜੌਬ ਮਿਲ ਗਈ ਆ ਸੋ ਮੈਂ ਹੁਣ ਬੀਐਡ ਨੂੰ ਕੰਟੀਨਿਊ ਨਹੀਂ ਕਰਨਾ ਚਾਹੁੰਦੀ ਬਟ ਕਾਲਜ ਵਾਲੇ ਜਿਹੜੇ ਹੈਗੇ ਆ ਜੀ ਫੀਸ ਵਾਪਸ ਨਹੀਂ ਕਰ ਰਹੇ ਉਸ ਟਾਈਮ ਦੇ ਵਿੱਚ ਵੀ ਇੱਕ ਸਰਕੂਲਰ ਜਾਰੀ ਕੀਤਾ ਗਿਆ ਸੀਗਾ ਜੇਕਰ ਕੋਈ ਵਿਦਿਆਰਥੀ ਐਡਮਿਸ਼ਨ ਨਹੀਂ ਕਰਾਉਣਾ ਚਾਹੁੰਦਾ ਜਾਂ ਫਿਰ ਕੈਨਸਲ ਕਰਾਉਣਾ ਚਾਹੁੰਦਾ ਹੈ ਤਾ ਉਹਦੀ ਜਿਹੜੀ ਫੀਸ ਹੈਗੀ ਆ ਪ੍ਰੋਸੈਸਿੰਗ ਫੀਸ ਨੂੰ ਕੱਟ ਕੇ ਤੁਸੀਂ ਬਾਕੀ ਦੀ ਫੀਸ ਸਟੂਡੈਂਟ ਨੂੰ ਵਾਪਸ ਕਰਨੀ ਹੈ ਸੋ ਉਸ ਟਾਈਮ ਦੇ ਵਿੱਚ ਵੀ ਕਾਲਜ ਪ੍ਰਸ਼ਾਸਨ ਨਹੀਂ ਮੰਨ ਰਿਹਾ ਸੀ ਬਟ ਮੈਂ ਜਦੋਂ ਉਹਨਾਂ ਨੂੰ ਕਿਹਾ ਕਿ ਯੂਜੀਸੀ ਦੀਆਂ ਇਹ ਨਵੀਆਂ ਗਾਈਡਲਾਈਨਸ ਨੇ ਜੀ ਫਿਰ ਉਹਨਾਂ ਨੂੰ ਮੇਰੀ ਗੱਲ ਮੰਨਣੀ ਪਈ ਸੀ ਸੋ ਐਸ ਕੇ ਵੀ ਇਨਾ ਨੇ ਕੰਪਲੀਟਲੀ ਬੜੇ ਹੀ ਕਲੀਅਰ ਤਰੀਕੇ ਨਾਲ ਦੱਸ ਦਿੱਤਾ ਹੈ ਜੇਕਰ ਕੋਈ ਕਾਲਜ ਆਪਦੀ ਮਨਮਰਜ਼ੀ ਕਰੇਗਾ ਤੁਹਾਡੀਆਂ ਫੀਸਾਂ ਵਾਪਸ ਨਹੀਂ ਕਰੇਗਾ ਤੇ ਉਹਨਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ ਹੋ ਸਕਦਾ ਹੈ ਉਸ ਕਾਲਜ ਜਾਂ ਫਿਰ ਯੂਨੀਵਰਸਿਟੀ ਦੀ ਮਾਨਤਾ ਵੀ ਰੱਦ ਕੀਤੀ ਜਾਵੇ ਇਨਫੋਰਮੇਸ਼ਨ ਪਰਪਸ ਲਈ ਮੈਂ ਇਹ ਵੀਡੀਓ ਬਣਾਈ ਸੀ ਹੋ ਸਕਦਾ ਹੈ ਤੁਹਾਡੇ ਕਿਸੇ ਸਾਥੀ ਨੂੰ ਜਾਂ ਫਿਰ ਤੁਹਾਡੇ ਕਿਸੇ ਰਿਲੇਟਿਵ ਨੂੰ ਈਵਨ ਤੁਹਾਨੂੰ ਵੀ ਇਸ ਜਾਣਕਾਰੀ ਦੀ ਲੋੜ ਪੈ ਸਕਦੀ ਹੈ ਸੋ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਦਾ ਬਟਨ ਤਾਂ ਪ੍ਰੈਸ ਕਰਨਾ ਹੀ ਹੈ ਨਾਲ ਜਿਹੜਾ ਸਬਸਕ੍ਰਾਈਬ ਬਟਨ ਹੋਏਗਾ ਜੀ ਉਹਨੂੰ ਵੀ ਪ੍ਰੈਸ ਕਰ ਲਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਐਜੂਕੇਸ਼ਨਲ ਵੀਡੀਓਜ਼ ਬਣਾਉਂਦੇ ਰਹਿੰਨੇ ਆ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ so much for watching god bless you all